ਪਤਾ ਨਹੀਂ ਵੀਰੇ ਯਾਰ, ਮੈਂ ਤਾਂ ਇੱਥੇ ਖੜਾ ਸੀਗਾ, ਰਾਈਡ ਦੀ ਵੇਟ ਕਰ ਰਿਹਾ ਸੀਗਾ ਚਾਰ ਪੰਜ। ਕੀ ਕੰਮ ਕਰਦੇ ਤੁਸੀਂ? ਕੈਬ ਚਲਾਉਂਦਾ ਵੀਰੇ, ਮੈਂ ਤਾਂ ਰਾਈਡ ਚੱਕਣ ਆਇਆ ਸੀਗਾ। ਨਿਕਲ ਪਏ ਬਾਹਰ ਆ ਰਹੇ, ਰਿਮੋਟ ਫੜਾ ਦਿਓ ਤੇ ਪਾਣੀ ਪਿਆ ਦਿਓ ਯਾਰ ਵੀਰੇ ਕੋਈ। ਉਹ ਪਾਣੀ ਸਹੀ ਪਾਣੀ ਪਤਾ ਨੀ ਵੀਰੇ ਯਾਰ, ਮੈਂ ਤਾਂ ਇੱਥੇ ਖੜਾ ਸੀਗਾ, ਰਾਈਡ ਦੀ ਵੇਟ ਕਰ ਰਿਹਾ ਸੀਗਾ ਚਾਰ ਪੰਜ। ਕੀ ਕੰਮ ਕਰਦੇ ਤੁਸੀਂ? ਕੈਬ ਚਲਾਉਂਦਾ ਵੀਰੇ, ਮੈਂ ਤਾਂ ਰਾਈਡ ਚੱਕਣ ਆਇਆ ਸੀਗਾ ਜਮਾਲਪੁਰ ਵੀਰੇ। ਠੀਕ ਹੈ, ਤੁਹਾਡੀ ਕੋਈ ਪੁਰਾਣੀ ਰੰਜਿਸ਼ ਤੋਂ ਲੜਾਈ ਚੱਲ ਰਿਹਾ ਹੈ? ਪਤਾ ਨੀ ਵੀਰੇ ਕੀ ਚੱਕਰ ਹੈ। ਹੈਲੋ ਆਂਟੀ, ਹੈ ਬ੍ਰਦਰ, ਜਿਨ੍ਹਾਂ ਨੇ ਤੁਹਾਨੂੰ ਮਾਰੇ ਉਹਨਾਂ ਨੂੰ ਜਾਣਦੇ ਹੋ ਤੁਸੀਂ? ਇੱਕ ਨੂੰ ਜਾਣਦਾ ਵੀਰੇ, ਨਾਮ ਨੀ ਮੈਨੂੰ ਪਤਾ, ਪਰ ਮੈਂ ਮਿਲਿਆ ਹੋਇਆ ਪਹਿਲਾਂ। ਦੱਸਿਓ ਮਾੜੇ ਜਿਹਾ, ਚੱਕਤੇ ਸੀ ਬ੍ਰਦਰ? ਗੱਡੀ 'ਤੇ ਸੀ ਵੀਰੇ। ਕਿੰਨੇ ਜਾਣੇ ਸੀ? ਪਤਾ ਨਹੀਂ, ਪੰਜ ਜਣੇ ਸੀ। ਤੂੰ ਲੈਣ ਦੇਣ ਨੇ? ਹਾਂਜੀ, ਤੂੰ ਲੈਣ ਦੇਣ ਸੀ ਤੁਹਾਡਾ? ਕਹਿੰਦੇ 3500 ਰੁਪਇਆ ਪਿਆ ਤੁਹਾਡਾ ਕਹਿੰਦੇ। ਠੀਕ ਹੈ, ਕੀ ਮਾਰਿਆ ਤੁਹਾਡੇ? ਪਤਾ ਨਹੀਂ ਵੀਰੇ, ਪਤਾ ਨਹੀਂ ਲੱਗਿਆ। ਹਾਂਜੀ ਸਰ, ਕੀ ਮਾਮਲਾ ਕੀ ਸੀ? ਰਸਤੇ 'ਚ ਹੀ ਹੋਇਆ ਭਰਾ। ਕੀ ਹੋਇਆ ਜੀ? ਸਾਨੂੰ ਤਾਂ ਇੱਥੋਂ ਡਾਇਰੈਕਟ ਕਾਲ ਆਈ ਆ, ਆ ਕੇ ਚੱਕ ਤਾਂ ਆਪਸੇ ਮੁੰਡੇ ਲੜਾਈ ਝਗੜਾ ਹੋ ਜਾਣਾ। ਮਾੜਾ ਇੱਧਰ ਹੋ ਸਰ, ਥੋੜ੍ਹਾ ਜਿਹਾ ਆਪਸੇ 'ਚ ਲੜਾਈ ਝਗੜਾ ਹੋ ਜਾਣਾ। ਅੱਛਾ ਜੀ, ਇਹ ਕਿਹੜੀ ਜਗ੍ਹਾ ਸਰ ਲੋਕੇਸ਼ਨ ਹੈ? ਇਹ ਫੇਸ 1 ਬਸੰਤ ਮਾਰਕੀਟ। ਠੀਕ ਹੈ, ਸਰ ਕੀ ਕਿਹੜੀ ਗੱਡੀ ਸੀ ਇਹਦੇ ਕੋਲ? ਦੇਖੋ, ਕੈਬ ਚਲਾਉਂਦਾ, ਕੈਬ ਹੈ। ਕੈਬ ਚਲਾਉਂਦਾ ਹੈ ਸਰ, ਕੀ ਨਾਮ ਕੀ ਹੈ ਸਰ? ਸਿਮਰਨ। ਠੀਕ ਹੈ, ਕੋਈ ਗੱਡੀ ਵੀ ਭੰਨੀ ਗਈ ਜੀ? ਗੱਡੀ ਵੀ ਭੱਜ ਗਈ। ਗੱਡੀ ਭੱਜ ਗਈ, ਭੱਜ ਗਈ। ਕੀ ਸਾਹਮਣੇ ਜੀ ਆਏ ਮੁੜਲੀ ਜਾਂਚ? ਲੜਾਈ ਝਗੜਾ ਆਪਸੇ 'ਚ ਲੱਗਦੇ। ਕੋਈ ਲੈਣ ਦੇਣ ਵੀ ਪੈਸੇ ਦੇ ਦਿੱਤੇ ਮਾਰੀਆਂ ਨੇ? ਇਹਦੇ ਬਾਰੇ ਕੋਈ ਪਤਾ ਨਹੀਂ। ਠੀਕ ਹੈ ਜੀ, ਹੁਣ ਕਿੱਥੇ ਲੈ ਜਾਏ ਤੁਹਾਡੇ? ਬੱਗਾ ਉਸ ਕਿਹੜਾ ਥਾਣਾ ਹੈ? ਡੁਗਰੀ। ਲਾਦੇ ਕਾਨਫਰੰਸ ਯਾਰ ਮੰਮੀ ਨਾਲ, ਪਰ ਵਾਲੇ ਫੋਨ ਤੇ ਲਾਦੇ ਕਹਿੰਦੇ। ਪੱਟੀ ਕਰਾਉਂਦਾ ਸੀ, ਲਾਦੇ ਸੀ ਮੈਂ ਕੇਸ।